ਬਾਪੂ ਜੀ ਕੀ ਨਾਮ ਹੈ ਅਤੇ ਜਿਹੜੀ ਗੰਡੋਇਆਂ ਤੋਂ ਖਾਦ ਤਿਆਰ ਕਰਦੇ ਹੋ ਕਿਸ ਤਰ੍ਹਾਂ ਕੀ ਪ੍ਰੋਸੈਸ ਕੀ ਹੈ? ਹਾਂਜੀ, ਮੇਰਾ ਨਾਂ ਅੰਗਰੇਜ਼ ਸਿੰਘ ਭੁੱਲਰ, ਪਿੰਡ ਭੁੱਲਰ, ਤਹਿਸੀਲ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ। ਦੂਸਰਾ ਤੁਹਾਡਾ ਜਿਹੜਾ ਸਵਾਲ ਸੀਗਾ ਵੀ ਗੰਡੋਇਆਂ ਦੀ ਖਾਦ, ਜਿਹੜੀ ਗੰਡੋਇਆਂ ਦੀ ਖਾਦ ਆ ਨਾ, ਇਹ ਇੱਕ ਦੁਨੀਆ ਦੀ ਸਭ ਤੋਂ ਬੈਸਟ ਖਾਦ ਬੂਟੇ ਵਾਸਤੇ ਗਿਣੀ ਜਾਂਦੀ। ਬੈਸਟ ਕਿਉਂ ਗਿਣੀ ਜਾਂਦੀ ਆ? ਇਹਦੇ ਵਿੱਚ ਜਿੰਨੇ ਬੂਟੇ ਨੂੰ ਖੁਰਾਕੀ ਤੱਤ ਚਾਹੀਦੇ ਆ ਉਹ ਸਾਰੇ ਦੇ ਸਾਰੇ ਇਸ ਖਾਦ ਦੇ ਵਿੱਚ ਹੁੰਦੇ। ਅਗਰ ਕੋਈ ਬੰਦਾ ਕਹਿੰਦਾ ਵੀ ਇਹ ਤੁਹਾਨੂੰ ਕੀ ਸਬੂਤ ਆ ਵੀ ਸਾਰੇ ਤੱਤ, ਅਸੀਂ ਬੰਦੇ ਨੂੰ ਦਾਅਵੇ ਨਾਲ ਇਹ ਕਹਿੰਦੇ ਹਾਂ ਵੀ ਗੰਡੋਇਆਂ ਦੀ ਸਾਥੋਂ ਲਿਜਾ ਕੇ ਨਿਰੀ ਖਾਦ ਦੇ ਵਿੱਚ ਕੋਈ ਵੀ ਬੀਜ ਲਾ ਕੇ ਚੈੱਕ ਕਰ ਸਕਦੇ। ਜਦੋਂ ਅਸੀਂ ਗੰਡੋਇਆ ਖਾਦ ਦੇ ਵਿੱਚ ਕੋਈ ਵੀ ਬੀਜ ਲਾ ਕੇ ਉਗਾਉਂਦੇ ਹਾਂ ਔਰ ਉਹਨੂੰ ਉਮੀ ਰੱਖਦੇ ਹਾਂ, ਜੇ ਤਾਂ ਉਸ ਬੂਟੇ ਦੇ ਪੱਤੇ 'ਤੇ ਕੋਈ ਕਿਸੇ ਤੱਤ ਦੇ ਘਾਟ ਦੀ ਨਿਸ਼ਾਨੀ ਆਉਂਦੀ ਆ ਤਾਂ ਇਹਦਾ ਮਤਲਬ ਉਹ ਤੱਤ ਇਸ ਖਾਦ ਦੇ ਵਿੱਚ ਹੈ ਨਹੀਂ। ਜੇ ਅਗਰ ਕੋਈ ਬੂਟੇ ਦੇ ਪੱਤੇ 'ਤੇ ਟਾਹਣੀ 'ਤੇ ਕਿਸੇ ਕਿਸਮ ਦੀ ਕੋਈ ਘਾਟ ਹੀ ਨਹੀਂ ਆਉਂਦੀ, ਉਹ ਸਹੀ ਗਰੋਥ ਕਰਦਾ, ਸਹੀ ਉਹਦੇ ਪੱਤੇ ਆ, ਸਾਰਾ ਕੁਝ ਸਹੀ ਆ, ਤਾਂ ਇਹਦਾ ਮਤਲਬ ਜਿੰਨਾ ਹੀ ਬੂਟੇ ਨੂੰ ਖੁਰਾਕੀ ਤੱਤ ਚਾਹੀਦੇ ਉਹ ਸਾਰੇ ਇਹਦੇ ਵਿੱਚੋਂ ਮਿਲ ਰਹੇ। ਕਿੰਨਾ ਸਮਾਂ ਲੱਗਦਾ ਜੇ ਇਹ ਖਾਦ ਤਿਆਰ ਕਰਨੀ ਹੋਵੇ? ਸਮੇਂ ਦੀ ਗੱਲ ਇਹ ਆ ਵੀ ਇਹਦਾ ਜਿਹੜਾ ਗੰਡੋਇਆਂ ਦਾ ਪ੍ਰੋਸੀਜਰ ਹੈ ਇਹ 2.5 ਤੋਂ 3 ਮਹੀਨਿਆਂ ਦੇ ਵਿੱਚ ਹੀ ਤਿਆਰ ਹੁੰਦਾ। 2.5-3 ਮਹੀਨੇ ਐਂ ਲੱਗਦੇ ਆ ਵੀ ਜਿਹੜੇ ਗੰਡੋਏ ਆਪਾਂ ਜਦੋਂ ਬੈੱਡ ਬਦਲਦੇ ਹਾਂ ਨਵਾਂ, ਅਤੇ ਜਿਹੜੇ ਬੈੱਡ 'ਚੋਂ ਕੱਢ ਕੇ ਗੰਡੋਏ ਪਾਉਂਦੇ ਹਾਂ ਉਹਦੇ ਵਿੱਚੋਂ ਖੁਰਾਕ ਦੀ ਕਮੀ ਹੋਣ ਕਰਕੇ ਗੰਡੋਆ ਥੋੜ੍ਹਾ ਜਿਹਾ ਕਮਜ਼ੋਰ ਹੋ ਜਾਂਦਾ, ਕਮਜ਼ੋਰ ਹੋਣ ਕਰਕੇ ਉਹ ਆਂਡੇ ਬੱਚੇ ਦੇਣੋਂ ਬੰਦ ਕਰ। ਜਿਹੜੇ ਗੰਡੋਏ ਆ ਇਹਨਾਂ ਦੀ ਖੁਰਾਕ ਕੀ ਹੈ? ਇਹਦੀ ਖੁਰਾਕ ਆ ਜਿਹੜੀ ਉਹ ਗਲੇ ਸੜਿਆ ਪਦਾਰਥ, ਕੋਈ ਵੀ ਆਪਾਂ ਕਿਸੇ ਚੀਜ਼ ਦੀ ਰਹਿਣ ਖੂੰਹਦ ਨੂੰ ਗਾਲ ਕੇ, ਚਾਹੇ ਸਬਜ਼ੀਆਂ ਦੀ ਆ, ਉਹ ਦਰੱਖਤਾਂ ਦੇ ਪੱਤਿਆਂ ਦੀ ਆ, ਚਾਹੇ ਗੋਬਰ ਆ ਜਾਂ ਕੋਈ ਵੀ ਹੋਰ ਗਲੀ ਸੜੀ ਚੀਜ਼ ਨੂੰ ਇਹ ਖਾਊਗਾ, ਜਿਹੜੀ ਗਲੀ ਸੜੀ ਨਹੀਂ ਉਹ ਨਹੀਂ ਖਾਊਗਾ। ਕੀ ਲੱਗਦਾ ਕਿਸਾਨ ਥੋੜ੍ਹੇ ਪੈਸਿਆਂ 'ਚ ਇਹ ਖਾਦ ਤਿਆਰ ਕਰ ਸਕਦਾ? ਹਾਂਜੀ, ਜਿਹੜਾ ਬੰਦਾ ਇਹ ਆਪਦੀ ਖੇਤੀ ਕਰਨ ਵਾਸਤੇ ਥੋੜ੍ਹੇ ਲੈਵਲ 'ਤੇ ਘਰ ਤਿਆਰ ਕਰ ਸਕਦਾ ਉਹਨੂੰ 13 ਗੰਡੋਆ ਲੈਣਾ ਪਊਗਾ, ਮੁੜ ਕੇ ਗੰਡੋਆ ਵੀ ਵਧੀ ਜਾਣਾ, ਖਾਦ ਵੀ ਜਿਵੇਂ ਜਿਵੇਂ ਗੰਡੋਆ ਵੱਧ ਤਿਆਰ ਹੋਊਗਾ ਉਨੀ ਖਾਦ ਉਹਦੀ ਵੱਧ ਤਿਆਰ ਹੋਊਗੀ। ਜਿਹੜੀ ਬਾਜ਼ਾਰਾਂ ਵਿੱਚ ਖਾਦ ਆ ਰਹੀ ਹੈ ਅਤੇ ਇਸ ਖਾਦ ਦਾ ਕੀ ਰੇਟ ਦਾ ਵੀ ਕਿੰਨਾ ਕੁ ਫਰਕ ਹੈ ਅਤੇ ਕੁਆਲਿਟੀ ਦਾ ਕਿੰਨਾ ਕੁ ਫਰਕ ਹੈ? ਜਿਹੜਾ ਬਾਈ ਜੀ ਕੁਆਲਿਟੀ ਦਾ ਐਂ ਹੁੰਦਾ, ਕਈ ਬੰਦੇ ਗੰਡੋਏ ਰੱਖੇ ਆ ਉਹਨਾਂ ਦੇ ਬੈੱਡ ਕੱਚੇ ਆ, ਉੱਤੇ ਪ੍ਰੋਪਰ ਛਾਂ ਨਹੀਂ, ਸ਼ੈੱਡ ਨਹੀਂ, ਫਿਰ ਉਹ ਕਈ ਬੰਦੇ ਢਾਲ ਰੱਖੀ ਬੈਠੇ ਆ ਜਿਹੜਾ ਉਹਦੇ 'ਚੋਂ ਪਾਣੀ ਗੰਡੋਇਆਂ ਦੀ ਖਾਦ 'ਚੋਂ ਕੱਢੀ ਜਾ ਰਹੇ ਆ। ਜਦੋਂ ਗੰਡੋਇਆਂ ਦੀ ਖਾਦ 'ਚੋਂ ਵਰਮੀ ਵਾਸ਼ ਕੱਢ ਲਿਆ, ਜਿਹੜੇ ਖੁਰਾਕੀ ਤੱਤ ਸੀ ਜਾਂ ਜਿਹੜੇ ਉੱਡੀ ਨਾਸ਼ਕ ਗੰਡੋਆ ਦੀ ਚਮੜੀ 'ਚੋਂ ਵਰਮੀ ਵਾਸ਼ ਖਾਦ ਦੇ ਵਿੱਚ ਆਉਣਾ ਸੀ ਉਹ ਚੀਜ਼ ਤਾਂ ਹੈ ਹੀ ਨਹੀਂ। ਜਦੋਂ ਉਹ ਚੀਜ਼ਾਂ ਹੈ ਨਹੀਂ ਤਾਂ ਉਹ ਖਾਦ ਦੇ ਵਿੱਚ ਕੁਆਲਿਟੀ ਡਾਊਨ ਆ,
ਉਹ ਫਿਰ ਜਦੋਂ ਕੁਆਲਿਟੀ ਡਾਊਨ ਆ ਤਾਂ ਉਹਦਾ ਇਹਦਾ ਮਤਲਬ ਵੀ ਉਹਦੇ ਵਿੱਚ ਮਿੱਟੀ ਰਲੀ ਆ, ਉਹਦੇ ਵਿੱਚ ਵਰਮੀ ਵਾਸ਼ ਕੱਢਿਆ ਹੋਇਆ, ਅਤੇ ਉਹ ਖਾਦ ਦੇ ਵਿੱਚ ਕੀ ਹੋਣਾ, ਉਹ ਘੱਟ ਰੇਟ ਨਾਲ ਵੀ ਉਹਨੇ ਲੈ ਕੇ ਆਪਾਂ ਕੀ ਕਰਾਂਗੇ ਜਦੋਂ ਉਹਦੇ ਵਿੱਚ ਖੁਰਾਕੀ ਤਾਤੀ ਹੈ ਜੀ। ਕਿਸਾਨਾਂ ਨੂੰ ਕੀ ਅਪੀਲ ਕਰੋਗੇ ਜਿਹੜੇ ਬਾਜ਼ਾਰੋਂ ਮਹਿੰਗੀ ਖਾਦ ਲੈਂਦੇ ਆ ਕਿ ਇਸ ਵੱਲ ਆਉਣ? ਹਾਂ, ਜਿਹੜਾ ਬਾਜ਼ਾਰਾਂ ਵਾਲੀ ਖਾਦ 'ਚੋਂ ਹੈਗਾ ਉਹ ਰਸਾਇਣਕ ਖਾਦਾਂ, ਉਹਦੇ ਵਿੱਚ ਜਿੰਨੇ ਬੂਟੇ ਨੂੰ ਖੁਰਾਕੀ ਤੱਤ ਚਾਹੀਦੇ ਆ ਸਾਨੂੰ ਅਲੱਗ ਅਲੱਗ ਲੈਣੇ ਪੈਂਦੇ। ਉਹ ਉਦਾਹਰਨ ਤੌਰ 'ਤੇ ਜਿਵੇਂ ਯੂਰੀਆ 'ਚ ਇਕੱਲਾ ਨਾਈਟ੍ਰੋਜਨ, ਡੀ ਏ ਪੀ 'ਚ ਅਮੋਨੀਅਮ ਸਲਫੇਟ, ਨਾਈਟ੍ਰੋਜਨ ਅਤੇ ਇਹ ਦੋ ਹੀ ਤੱਤ ਆ। ਜੇ ਆਪਾਂ ਜੈਂਕ ਦੀ ਗੱਲ ਕਰਦੇ ਹਾਂ ਉਹਦੇ 'ਚ ਇਕੱਲਾ ਜੈਂਕ ਸਲਫੇਟ ਆ, ਜੇ ਫਾਸਫੋਰਸ ਦੀ ਗੱਲ ਕਰਦੇ ਹਾਂ ਤਾਂ ਉਹਦੇ 'ਚ ਇਕੱਲਾ ਸੁਪਰ ਫਾਸਫੇਟ ਆ। ਮਤਲਬ ਕੋਈ ਵੀ ਦੁਨੀਆ ਦੀ ਖਾਦ ਇਹੋ ਜਿਹੀ ਨਹੀਂ ਜਿਹੜੀ ਕਿ ਬੂਟੇ ਨੂੰ ਸਾਰੇ ਦੇ ਸਾਰੇ ਖੁਰਾਕੀ ਤੱਤ ਦੇ ਸਕੇ। ਦੂਜੀ ਗੱਲ ਆ ਇਹ ਆ ਵੀ ਉਹ ਜਿਹੜੀਆਂ ਰਸਾਇਣਕ ਖਾਦਾਂ ਉਹਨਾਂ ਦਾ ਜ਼ਮੀਨ 'ਤੇ ਅਤੇ ਸਿਹਤ 'ਤੇ ਕਈ ਮਾਰੂ ਅਸਰ ਵੀ। ਇਸ ਖਾਦ 'ਚ ਸਾਰੇ ਤੱਤ ਮੌਜੂਦ ਹੈ? ਹਾਂਜੀ, ਇਹ ਮੈਂ ਅੱਗੇ ਗੱਲ ਕਰਕੇ ਹਟਿਆ ਵੀ ਇਸ ਖਾਦ ਦੇ ਵਿੱਚ ਤੁਸੀਂ ਚੈੱਕ ਕਰਨਾ ਹੋਵੇ, ਨਿਰੀ ਖਾਦ ਦੇ ਵਿੱਚ ਬੀਜ ਲਾ ਕੇ ਬੂਟੇ ਦੀ ਗਰੋਥ ਅਤੇ ਉਹਦੇ ਸਾਰਾ ਕੁਛ ਆਪਾਂ ਜੇ ਚੈੱਕ ਕਰਦੇ ਹਾਂ ਤੁਹਾਡੇ ਅੱਖਾਂ ਦੇ ਸਾਹਮਣੇ ਪਤਾ ਲੱਗੂਗਾ ਵੀ ਇਹਦੇ ਵਿੱਚ ਸਹੀ ਆ ਖੁਰਾਕੀ ਤੱਤ, ਬੂਟਾ ਸਹੀ ਗਰੋਥ ਕਰਦਾ ਜਾਂ ਇਹਦੇ 'ਚ ਕਿਸੇ ਤੱਤ ਦੀ ਘਾਟ ਆਉਂਦੀ ਹੈ।